ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਵਾਗਤ ਕਰਦੇ ਹਾਂ ਜੀ ਅਕੀਦਾ ਸਾਹਿਬ ਦਾ ਉਹਨਾਂ ਦੇ ਆਪਣੇ ਸ਼ੋਅ ਦੇ ਵਿੱਚ। ਅਕੀਦਾ ਸਾਹਿਬ ਬਹੁਤ ਬਹੁਤ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਰ, ਦਰਸ਼ਕਾਂ ਸਰੋਤਿਆਂ ਨੂੰ ਜੀ ਧੰਨਵਾਦ ਤੁਹਾਡੇ। ਗੁੱਡ ਮਾਰਨਿੰਗ ਹੈ। ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਵਧੀਆ, ਫਸਟ ਕਲਾਸ। ਠੀਕ ਹੈ, ਫਸਟ ਕਲਾਸ ਚੱਲ ਰਿਹਾ ਕੰਮ। ਅਕੀਦਾ ਸਾਹਿਬ, ਟੂਡੋ ਸਾਹਿਬ ਦਾ ਬਿਆਨ ਦੇਣ ਤੋਂ ਬਾਅਦ ਤੇ ਪੰਜਾਬ ਦੇ ਵਿੱਚ ਜੋ ਹਾਲਾਤ ਨੇ, ਸਪੈਸ਼ਲੀ ਇੰਡੀਆ ਦੇ ਵਿੱਚ ਹਾਲਾਤ ਨੇ, ਕਾਫੀ ਕਹਿ ਲਓ ਵਿਗੜਨ ਵਾਲੇ ਨੇ ਜਾਂ ਵਿਗੜ ਰਹੇ ਨੇ ਜੀ। ਕੁਛ ਸਮਝ ਨਹੀਂ ਲੱਗ ਰਿਹਾ ਕੀ ਕਿੱਥੋਂ ਕਿੱਦਾਂ ਹੋ ਰਿਹਾ ਜੀ। ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਨੇ ਵੀ ਕੈਨੇਡਾ ਅਤੇ ਇੰਡੀਅਨ ਗਵਰਨਮੈਂਟ ਨੂੰ ਲੈ ਕੇ ਇੱਕ ਸੀਰੀਅਸਲੀ ਬਿਆਨ ਦਿੱਤਾ ਹੈ ਕਿ ਜੇ ਕੁਛ ਅਜਿਹਾ ਹੈਗਾ ਆ ਤਾਂ ਸਬੂਤ ਸਾਹਮਣੇ ਆਉਣੇ ਚਾਹੀਦੇ ਆ, ਐਵੇਂ ਫਿਰ ਲੋਕਾਂ ਦੇ ਵਿੱਚ ਕੁਛ ਆਪਸ ਦੇ ਵਿੱਚ ਨਾ ਲੜਾਈ ਸ਼ੁਰੂ ਹੋ ਜਾਵੇ। ਜੇ ਸਬੂਤ ਹੈਗੇ ਤਾਂ ਦੁਨੀਆ ਭਰ ਦੇ ਵਿੱਚ ਕਲੈਰੀਫਾਈ ਕਰਨਾ ਚਾਹੀਦਾ ਸਿਚੁਏਸ਼ਨ ਨੂੰ। ਵੈਸੇ ਤਾਂ ਇਹ ਬਹੁਤ ਵੱਡੀ ਗੱਲ ਹੈਗੀ ਆ ਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਇਹ ਗੱਲ ਆਖੀ ਆ ਕਿ ਸਬੂਤ ਦਿਓ। ਉਹਨਾਂ ਨੇ ਟਰੂਡੋ ਸਾਹਿਬ ਦੇ ਬਿਆਨ ਦੀ ਵੈਸੇ ਨਿੰਦਿਆ ਵੀ ਕੀਤੀ ਆ, ਕਹਿੰਦੇ ਏਦਾਂ ਨਹੀਂ ਹੋਣਾ ਚਾਹੀਦਾ। ਤੇ ਪਰ ਜਿਹੜਾ ਹੈਗਾ ਕਿ ਜੇ ਹੈਗਾ ਤੇ ਕੁਛ ਸਾਨੂੰ ਦੱਸੋ, ਕਿਉਂਕਿ ਭਾਰਤ ਤੇ ਕੈਨੇਡਾ ਦੇ ਜਿਹੜੇ ਹੈਗੇ ਨਾ ਰਿਸ਼ਤੇ, ਬੜੇ ਬਹੁਤ ਵਧੀਆ ਰਿਸ਼ਤੇ ਚੱਲਿਆ ਰਿਹਾ ਹੁਣ ਤੱਕ ਸਾਡੇ ਉੱਥੇ। ਇੱਕ ਜਗ੍ਹਾ ਨੀ, ਕੋਈ ਪੂਰੇ ਵਿਸ਼ਵ ਦੇ ਵਿੱਚ ਸਿੱਖ ਵੱਸਦੇ ਆ ਤੇ ਇਸ ਮੁੱਦੇ ਨੂੰ ਲੈ ਕੇ ਪੂਰੇ ਵਿਸ਼ਵ ਦਾ ਸਿੱਖ ਸੰਜੀਦਾ ਹੈਗਾ ਕਿ ਕੀ ਹੋ ਰਿਹਾ ਹੈ ਕੈਨੇਡਾ ਵਿੱਚ। ਤਕਰੀਬਨ 9.5 ਲੱਖ, ਮਤਲਬ ਕੁੱਲ 18 ਲੱਖ ਭਾਰਤੀ ਦੱਸਦੇ ਆ ਉੱਥੇ, ਜਿਹੜੀ ਮੈਂ ਪੜ੍ਹ ਰਿਹਾ ਸੀ ਕਿਤੇ, 18.5 ਲੱਖ ਭਾਰਤੀ ਨੇ। ਉਹਨਾਂ ਵਿੱਚੋਂ 9.5 ਲੱਖ ਸਿਰਫ ਪੰਜਾਬੀ ਨੇ ਕੈਨੇਡਾ ਦੇ ਵਿੱਚ, ਤੇ ਉਹ ਇੰਨੀ ਵੱਡੀ ਆਬਾਦੀ ਪੰਜਾਬੀਆਂ ਦੀ ਹੋਵੇ ਤੇ ਉੱਥੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੋਈ ਚੱਲ ਰਿਹਾ ਹੋਵੇ ਤੇ ਦੁੱਖ ਹੈ। ਵੈਸੇ ਤਾਂ ਮੈਂ ਆਮ ਤੌਰ ਤੇ ਨਾ ਇਹਦੇ ਕੈਨੇਡਾ ਦੇ ਜੋ ਸੰਬੰਧ ਪੜ੍ਹ ਰਿਹਾ ਸੀਗਾ, ਪਹਿਲਾਂ ਵੀ ਕਈਆਂ ਦੇਸ਼ਾਂ ਨਾਲ ਸੰਬੰਧ ਵਿਗੜੇ ਆ, ਪਰ ਉਹਨਾਂ ਨੇ ਕਦੇ ਵੀ ਆਪਣੇ ਮੁਲਕ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਕੁਛ ਨਹੀਂ ਕਿਹਾ ਕਦੇ ਵੀ, ਭਾਵੇਂ ਕੋਈ ਵੀ ਮੁਲਕ ਦਾ ਹੋਵੇ, ਅਫਗਾਨਿਸਤਾਨ ਦਾ ਭਾਵੇਂ ਕੋਈ ਵੀ ਹੋਇਆ। ਪਰ ਹੁਣ ਜਿਹੜਾ ਨਾ ਭਾਰਤੀ ਮੀਡੀਆ ਹੈਗਾ ਉਹ ਇਸ ਗੱਲ ਨੂੰ ਲੈ ਕੇ ਜ਼ਿਆਦਾ ਪ੍ਰਚਾਰ ਰਿਹਾ, ਪੰਜਾਬੀਆਂ ਪੰਜਾਬੀ ਮਾਰੇ ਜਾਣਗੇ ਜੀ, ਪੰਜਾਬੀ ਪ੍ਰੋਬਲਮ ਆ ਜਾਣੀ। ਮੇਰੇ ਖਿਆਲ 'ਚ ਏਦਾਂ ਦਾ ਕੁਝ ਨਹੀਂ ਹੋਣਾ। ਤੇ ਟਰੂਡੋ ਸਾਹਿਬ ਦੇ ਬਿਆਨ ਦੇ ਪ੍ਰਤੀ ਜੋ ਗਿਆਨੀ ਰਘਵੀਰ ਸਿੰਘ ਉਹਨਾਂ ਨੇ ਕਿਹਾ ਕਿ ਸਥਿਤੀ ਸਪਸ਼ਟ ਕਰੇ, ਤਾਂ ਇਹ ਵੈਸੇ ਬਿਆਨ ਦਿੱਤਾ ਪਾਰਲੀਮੈਂਟ ਦੇ ਵਿੱਚ, ਕੋਈ ਛੋਟੀ ਗੱਲ ਨਹੀਂ। ਓਬਵੀਅਸਲੀ ਉਹਨਾਂ ਕੋਲ ਅਜਿਹਾ ਸੱਚ ਕੋਈ ਹੋਊਗਾ, ਉਹਨਾਂ ਕੋਲ ਠੋਸ ਸਬੂਤ। ਆਈ ਪਰਸਨਲੀ ਥਿੰਕ ਕਿ ਉਹ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ। ਉਹ ਕਹਾਵਤ ਹੈ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਆਪਣੇ ਆਪ ਚ, ਕਿ ਹਾਂ ਵੀ ਵਾਕਿਆ ਕੁਛ ਹੈਗਾ ਸੀ ਕਿ ਨਹੀਂ। ਅਸਲ ਵਿੱਚ ਨਾ ਗੱਲ ਪਤਾ ਕੀ ਆ, ਇਹ ਜਿਹੜਾ ਹੈਗਾ ਅਸਾ ਜਾਂ ਨਹੀਂ ਹੈਗਾ ਸੀਗਾ, ਜਿੱਦਾਂ ਕਿ ਮੈਂ ਪੜ੍ਹ ਰਿਹਾ ਸੀ ਨਾ ਜੀ ਕੁਝ ਗੱਲਾਂ, ਕਈ ਥਾਵਾਂ ਤੇ ਪੜ੍ਹਨੀਆਂ ਆਪਾਂ ਪੈਂਦੀਆਂ ਨੇ, ਪੜ੍ਹਦੇ ਹਾਂ ਆਪਾਂ ਇਸ ਗੱਲ ਨੂੰ ਲੈ ਕੇ। ਉਹ ਕਹਿੰਦੇ ਆ ਵੀ 4 ਮੁਲਕਾਂ ਦਾ ਇੱਕ ਗਰੁੱਪ ਬਣਿਆ ਹੋਇਆ, 4-5 ਮੁਲਕਾਂ ਦਾ, ਕੈਨੇਡਾ ਹੈਗਾ, ਅਮਰੀਕਾ ਹੈਗਾ, ਟੌਪ 5, ਹਾਂਜੀ ਟੌਪ 5 ਹੈਗਾ, ਇਹਨਾਂ ਦਾ ਮਤਲਬ ਕਿ ਗਰੁੱਪ ਬਣਿਆ ਹੋਇਆ। ਇਹਨਾਂ ਨੇ ਆਪਸ ਵਿੱਚ ਪਹਿਲਾਂ ਇਹਨਾਂ ਗਰੁੱਪਾਂ ਦੇ ਵਿੱਚ ਗੱਲ ਹੋਈ ਆ ਇਹ ਵੀ ਇੱਦਾਂ ਦਾ ਕੰਮ ਚੱਲ ਰਿਹਾ। ਕੁਝ ਜਦੋਂ ਇਹ ਨਾ ਕੋਈ ਮੇਰੇ 2 ਮਹੀਨੇ ਪਹਿਲਾਂ ਵੀ ਗੱਲ ਅਮੈਰੀਕਾ ਦੇ ਨਾਲ ਹੋਈ ਸੀ ਕੈਨੇਡਾ ਦੀ, ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਇਹ ਪ੍ਰੋਬਲਮ ਚੱਲ ਰਹੀ ਹੈ ਇਹਨੂੰ ਠੀਕ ਕਰਨਾ ਪੈਣਾ। ਜਦੋਂ ਇਹਦਾ ਨਾ ਹਰਜੀਤ ਸਿੰਘ ਨਿੱਜਰ ਦਾ ਕਤਲ ਹੋਇਆ ਸੀਗਾ, ਉਸ ਵੇਲੇ ਵੀ ਅਮਰੀਕਾ ਨਾਲ ਟਰੂਡੋ ਦੀ ਜਿਹੜੀ ਕਿ ਪਾਰਲੀਮੈਂਟ ਹੈਗੀ ਆ ਉਹਨੇ ਗੱਲ ਕੀਤੀ ਸੀਗੀ ਜੋ ਮੈਂ ਪੜ੍ਹ ਰਿਹਾ ਸੀਗਾ। ਤੇ ਇਹਦਾ ਅਸਲ ਸਾਰੇ ਪਾਸੇ, ਜਿਵੇਂ ਆਸਟ੍ਰੇਲੀਆ ਹੈਗਾ, ਆਸਟ੍ਰੇਲੀਆ ਤੋਂ ਲੈ ਕੇ ਬ੍ਰਿਟੇਨ ਤੱਕ, ਯੂਕੇ ਤੱਕ, ਤੇ ਤੁਸੀਂ ਲੈ ਲਓ ਅਮੈਰੀਕਾ, ਇਹਨਾਂ ਸਾਰੇ ਮੁਲਕਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਨਾ ਕਰੋ। ਉਹਨਾਂ ਸਾਰੇ ਮੁਲਕ ਇਹ ਆਖੀ ਜਾਂਦੇ ਆ ਕਿ ਤੁਸੀਂ ਕਰੋ ਤੇ ਜਿਹੜਾ ਅਸਲੀ ਬੰਦਾ ਜੋ ਕਾਤਲ ਹੈ ਉਹ ਸਾਹਮਣੇ ਆਉਣਾ ਚਾਹੀਦਾ। ਇਹ ਗੱਲ ਸਾਰੇ ਮੁਲਕ ਕਹਿ ਰਿਹਾ ਵੀ ਇਹ ਨਹੀਂ ਹੋਣਾ ਬਚਣਾ ਚਾਹੀਦਾ। ਦੇਖੋ ਉੱਥੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਆ, ਕੈਨੇਡਾ ਦੇ ਵਾਸੀ ਹੈਗੇ ਆ। ਇਸ ਘਟਨਾ ਨੇ ਕੈਨੇਡੀਅਨਾਂ ਨੂੰ ਵੀ, ਪੰਜਾਬੀਆਂ ਨੂੰ, ਭਾਰਤੀਆਂ ਨੂੰ ਤੇ ਬਾਕੀ ਮੁਲਕ ਦੇ ਲੋਕਾਂ ਨੂੰ ਵੀ ਇਸ ਘਟਨਾ ਨੇ ਇੱਕ ਵਾਰੀ ਤੜਫਾਇਆ ਹੈਗਾ ਵੀ ਯਾਰ ਇਹ ਕਤਲ ਅਚਾਨਕ ਕਿੱਦਾਂ ਹੋ ਗਿਆ, ਅਚਾਨਕ ਕੋਈ ਗੋਲੀਆਂ ਬੰਦੇ ਆਉਂਦੇ ਆ ਗੋਲੀਆਂ ਮਾਰ ਕੇ ਚਲੇ ਗਏ ਤੇ ਮਾਰ ਗਏ ਬੰਦੇ ਨੂੰ, ਕਿੱਦਾਂ ਹੋ ਗਿਆ? ਜੇ ਭਾਰਤ ਵਿੱਚ ਇੱਦਾਂ ਕਤਲ ਹੋਵੇ ਕਿਸੇ ਦਾ, ਕੋਈ ਅਸੀਂ ਭਾਰਤ ਵਾਲੇ ਵੀ ਤਾਂ ਸੋਚਦੇ ਹਾਂ ਵੀ ਯਾਰ ਕੌਣ ਮਾਰ ਗਿਆ ਇਹਨੂੰ ਤੇ ਕਿੱਦਾਂ ਮਰ ਗਿਆ। ਅਸੀਂ 100 ਤਰ੍ਹਾਂ ਦੇ ਕਿਆਸ ਲਾਉਂਦੇ ਹਾਂ ਤੇ ਸਾਡੇ ਮੀਡੀਆ ਵਾਲੇ ਤਾਂ ਕਿਲ ਕੇ ਕਹਿੰਦੇ ਆ ਕਿ ਆਪਣਾ ਪਾਕਿਸਤਾਨ ਵਾਲੇ ਆਏ ਹੋਣਗੇ ਜੀ ਇੱਥੇ, ਪਾਕਿਸਤਾਨ ਨੇ ਕੰਮ ਕਰਤਾ ਜਾਂ ਸਾਈਨ ਕਰਦਾ। ਪਰ ਮੈਨੂੰ ਲੱਗਦਾ ਭਾਰਤ ਤੇ ਕੈਨੇਡਾ ਦੇ ਸੰਬੰਧ ਵਿਗੜ ਨਹੀਂ ਸਕਦੇ। ਤੁਸੀਂ ਹੈਰਾਨ ਹੋਵੋਗੇ ਕਿ ਮੈਂ ਪੜ੍ਹ ਰਿਹਾ ਸੀਗਾ ਕਿ ਕੈਨੇਡਾ ਪੈਨਸ਼ਨ ਫੰਡ ਆ ਇੱਕ,
ਤੇ ਕੈਨੇਡਾ ਪੈਨਸ਼ਨ ਫੰਡ ਵਿੱਚ ਭਾਰਤੀ ਸਟਾਕ ਐਕਸਚੇਂਜ ਜਿਹੜੀ ਲਿਮਿਟਡ ਕੰਪਨੀਆਂ ਦਾ 1,00,000 ਕਰੋੜ ਰੁਪਇਆ ਪਿਆ ਉੱਥੇ ਕੈਨੇਡਾ ਪੈਨਸ਼ਨ ਫੰਡ ਦਾ ਪੈਨਸ਼ਨ ਫੰਡ ਦੇ ਵਿੱਚ ਮਤਲਬ ਜਿਹਦੇ ਵਿੱਚ ਕੋਟਕ ਮਹਿੰਦਰਾ ਤੋਂ ਲੈ ਕੇ ਇੰਡਸ ਟਾਵਰ ਹੈਗਾ ਸਟਾਕ ਐਕਸਚੇਂਜ ਹੈਗਾ ਤੇ ਕਿੰਨੇ ਬਹੁਤ ਨੇ ਜੀ ਬਹੁਤ ਨੇ ਜੀ ਬਹੁਤ ਨੇ ਬਹੁਤ ਨੇ 1,00,000 ਕਰੋੜ ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਹੈ ਉਹਦੇ ਪਾਸ ਮਤਲਬ ਕਿ ਦਿੱਗ ਜਿਹੜੇ ਨਿੱਜੀ ਬੈਂਕ ਹੈਗੇ ਆ ਤੇ ਉਹਨਾਂ ਦਾ ਉਹਦਾ ਨਿਵੇਸ਼ ਹੈਗਾ ਜੀ ਤੇ ਤੁਸੀਂ ਇਸ ਕਰਕੇ ਬਹੁਤ ਸੌਖਾ ਨੀ ਹੈਗਾ ਕਿ ਸੰਬੰਧ ਸਾਡੇ ਵਿਗੜ ਜਾਣ ਕੈਨੇਡਾ ਨਾਲ ਸੰਬੰਧ ਸਾਡੇ ਸੰਬੰਧ ਕਦੇ ਵਿਗੜ ਨਹੀਂ ਸਕਦੇ ਹਾਂ ਉਹ ਗੱਲ ਵੱਖ ਹੈ ਕਿ ਸਾਡੇ ਕੈਨੇਡਾ ਦੇ ਨਾਲ ਨਾ ਭਾਰਤੀ ਮੀਡੀਆ ਜਿਹੜਾ ਉਹ ਚਾਹੁੰਦਾ ਕਿ ਵਿਗੜ ਜਾਣ ਕਿਉਂਕਿ ਜ਼ਿਆਦਾ ਪੰਜਾਬੀ ਨੇ ਉੱਥੇ ਉਹ ਜ਼ਿਆਦਾ ਪੰਜਾਬੀ ਨੇ ਤੇ ਉਹ ਇਹੋ ਜਿਹੀਆਂ ਪੋਸਟਾਂ ਪਾ ਰਹੇ ਨੇ ਕਹਿੰਦੇ ਜਾਓ ਆਪਣਾ ਸੰਬੰਧ ਖਤਮ ਕਰ ਲਓ ਜੀ ਕੈਨੇਡਾ ਦੇ ਨਾਲ ਕੀ ਫਰਕ ਪੈਣ ਲੱਗਿਆ ਭਾਰਤ ਨੂੰ ਕੀ ਫਰਕ ਪੈ ਜਾ ਕੈਨੇਡਾ ਨੂੰ ਕੋਈ ਭਾਰਤ ਨੂੰ ਫਰਕ ਪਵੇ ਨਾ ਪਵੇ ਪਰ ਪੰਜਾਬ ਨੂੰ ਬਹੁਤ ਫਰਕ ਪੈਣਾ ਜੀ ਪੈਣਾ ਜੀ ਸਾਡੇ ਨਾਲ ਕਿਸ ਵੇ ਕਾਲਰ ਹੈ ਜੀ ਆਪਾਂ ਕਾਲ ਲੈ ਲਈ ਆਉਣ ਦੀ ਹੈ ਪਹਿਲਾਂ ਕਾਲਰ ਨੂੰ ਬੇਨਤੀ ਹੈ ਕਿ ਪਲੀਜ਼ ਰਿਸਪੈਕਟਫੁਲੀ ਦੇ ਨਾਲ ਇਸ ਮੁੱਦੇ ਨੂੰ ਟੈਕਲ ਕੀਤਾ ਜਾਵੇ ਕੋਈ ਅਜਿਹਾ ਨਾਮ ਨਾ ਲਿੱਤਾ ਜਾਵੇ ਕੋਈ ਅਜਿਹਾ ਮੀਡੀਆ ਦੇ ਨਾਮ ਨਾ ਲਿੱਤਾ ਜਾਵੇ ਵੋ ਬੀ ਵੈਰੀ ਵੈਰੀ ਗ੍ਰੇਟਫੁਲ ਲੈਂਦੇ ਹਾਂ ਨੈਕਸਟ ਕਾਲ ਆਉਂਦੀ ਹੈ ਸਤਿ ਸ਼੍ਰੀ ਅਕਾਲ ਕਾਲਰ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਦੱਸ ਰਿਹਾ ਸੀ ਕਿ ਜਿਹੜੀ ਹਾਈ ਫਾਈਵ ਹੈਗੀ ਯੂ ਨੋ ਇੰਟੈਲੀਜੈਂਸ ਸਾਰਾ ਕੁਛ ਹੁਣ ਤੁਸੀਂ ਜਿਹੜਾ ਆਸਟ੍ਰੇਲੀਆ ਦੇ ਅੰਦਰ ਦੋ ਤਿੰਨ ਵਾਰੀ ਜਿਹੜੀ ਹੈ ਜਿਹੜੀ ਹੋਈਆਂ ਨੇ ਵਿਕਟੋਰੀਆ ਐਰਾ ਵਗੈਰਾ ਚ ਜਿਹੜਾ ਡੀਫੇਸ ਕੀਤਾ ਟੈਂਪਲਸ ਨੂੰ ਐਰਾ ਵਗੈਰਾ ਰਾਈਟ ਉਹਨਾਂ ਦੀ ਖੁਦ ਦੀ ਗੌਰਮੈਂਟ ਦੀ ਰਿਪੋਰਟ ਹੈਗੀ ਤੁਸੀਂ ਚੈੱਕ ਕਰਕੇ ਦੇਖੋ ਉਹਨਾਂ ਨੇ ਸਾਰਾ ਚੈੱਕ ਕੀਤਾ ਦੋ ਤਿੰਨ ਜਗ੍ਹਾ ਜਿੱਥੇ ਡੀਫੇਸ ਹੋਏ ਨੇ ਟੈਂਪਲ ਉੱਥੇ ਕਰਨ ਤੋਂ ਪਹਿਲਾਂ ਉਹਨਾਂ ਨੇ ਸਾਰੀਆਂ ਪਹਿਲਾਂ ਜਿਹੜੇ ਟੀਵੀ ਸੀਸੀਟੀਵੀ ਸੀ ਸਾਰੇ ਆਫ ਕੀਤੇ ਹੋਏ ਨੇ ਸੇਮ ਪਰਸਨ ਸੇਮ ਵੇ ਦੋ ਜਗ੍ਹਾ ਵਿਕਟੋਰੀਆ ਤੇ ਮੈਲਬੋਰਨ ਐਰਾ ਵਗੈਰਾ ਸਾਰਾ ਹੋਇਆ ਔਰ ਉਹ ਸਾਰੇ ਜਿਹੜੇ ਹੈਗੇ ਕਰਨ ਵਾਲੇ ਪਰ ਉਹਨਾਂ ਗੌਰਮੈਂਟ ਦੀ ਗੱਲ ਹੈ ਆਮ ਨਾਟ ਟਾਕਿੰਗ ਅਬਾਊਟ ਉਹਨਾਂ ਨੇ ਟੋਟਲੀ ਕਹਿਤਾ ਕਿ ਜਿਹੜੇ ਬੰਦੇ ਕਰਨ ਵਾਲੇ ਨੇ 2000 ਮੈਂ ਨਾ ਉਹਨਾਂ ਦਾ ਹੈਗਾ ਐਸ ਜਿਹਨੂੰ ਤੁਸੀਂ ਬੇਸ਼ਕ ਜਿੱਦਾਂ ਮਰਜ਼ੀ ਕਰੋ ਐਚ ਐਸ ਪਹਿਲਾਂ ਨੇ ਉਹਨਾਂ ਨੂੰ ਬੈਨ ਕੀਤਾ ਸੀ ਤੇ ਉਹਨਾਂ ਨੇ ਆਰ ਐਸ ਐਸ ਤੋਂ ਮਤਲਬ ਗੌਰਮੈਂਟ ਜੀ ਬਹੁਤ ਬਹੁਤ ਧੰਨਵਾਦ ਵੀਰ ਥੈਂਕ ਯੂ ਸੋ ਮਚ ਤੁਹਾਡੇ ਆਨ ਮੈਂ ਇੱਕ ਮਿੰਟ ਜੀ ਕੁਇਕਲੀ ਜੀ ਪਲੀਜ਼ ਦੇ ਦਿਓਗੇ ਹਾਂਜੀ ਜੀ ਦਾ ਟੈਲੀਫੋਨ ਨੰਬਰ ਉਹ ਜਿੱਥੇ ਆਪਣਾ ਕੜੀਆਂ ਕੁੜੀਆਂ ਵਿਕਦੀਆਂ ਕਿਹੜਾ ਜੂਲਰ ਸ਼ਾਪ ਅਸ਼ੋਕ ਜੂਲਰ ਦਾ ਨੰਬਰ ਲਿਖੋ ਜੀ ਨੰਬਰ ਫਟਾਫਟ ਪੈਨ ਪੇਪਰ ਰੈਡੀ ਹੈ ਜੀ ਹਾਂਜੀ ਹਾਂਜੀ 9054290 ਰਘਬੀਰ ਸਿੰਘ ਦੇ ਇਸ ਬਿਆਨ ਨੂੰ ਲੈ ਕੇ ਜੀ ਅਸਲ ਚਲੋ ਜਿਵੇਂ ਕਿ ਉਹਨਾਂ ਨੇ ਉਹ ਕਹਿੰਦੇ ਆ ਕਿ ਜਸਟਿਨ ਟਰੂਡੋ ਦੇ ਜਿਹੜਾ ਬਿਆਨ ਦਿੱਤਾ ਭਾਰਤ ਦੇ ਸੰਦਰਭ ਵਿੱਚ ਕਿ ਭਾਰਤ ਦਾ ਹੱਥ ਹੋ ਸਕਦਾ ਇਹਦੇ ਵਿੱਚ ਤੇ ਉਹ ਉਹਦੇ ਵਿੱਚ ਨਿੰਦਿਆ ਕਰੇ ਉਹ ਜਿਹੜਾ ਅਕਾਲ ਤਖ਼ਤ ਸਾਹਿਬ ਉਹ ਕਹਿੰਦਾ ਖਾਲਿਸਤਾਨ ਅਸੀਂ ਕਿੱਦਾਂ ਬਣਨ ਦੇ ਦਿਆਂਗੇ ਪੰਜਾਬ ਦੇ ਵਿੱਚ ਨਾ ਅਸੀਂ ਬਣਨ ਦੇਵਾਂਗੇ ਤਾਂ ਨਾ ਬਣਨ ਦੀ ਗੱਲ ਹੈ ਕੋਈ ਖਾਲਿਸਤਾਨ ਦਾ ਮਤਲਬ ਨੀ ਕਹਿੰਦਾ ਹੈ ਕੋਈ ਬਿੱਟਾ ਜਿਹੜਾ ਕਿ ਉਹਦੇ ਚਲੋ ਆਪਣੀ ਅੱਗੇ ਸਾਨੂੰ ਇਸ ਚਰਚਾ ਤਾਂ ਕਰਨੀ ਪੈ ਰਹੀ ਕਿਉਂਕਿ ਮੁੱਦਾ ਸੰਵੇਦਨਸ਼ੀਲ ਹੈਗਾ ਉਹਨੇ ਜਿਹੜਾ ਅਕਾਲ ਤਖ਼ਤ ਸਾਹਿਬ ਨੂੰ ਕਿਹਾ ਕਿ ਤੁਸੀਂ ਨਿੰਦਿਆ ਕਰੋ ਬਿਆਨ ਦੀ ਜੀ ਇੱਦਾਂ ਹੈਗੀ ਆ ਅਰਸ਼ ਗੱਲ ਜੇ ਆਪਾਂ ਆਲ ਓਵਰ ਦੇਖਦੇ ਹਾਂ ਮਨਿੰਦਰ ਬਿੱਟਾ ਨੇ ਆਪਣੀ ਰੋਟੀਆਂ ਸੇਕਣੀਆਂ ਨੇ ਹੁਣ ਜੀ ਤੇ ਹੋਰ ਬਹੁਤ ਸਾਰੇ ਬੰਦੇ ਆਉਣਗੇ ਰੋਟੀਆਂ ਸੇਕਣ ਵਾਸਤੇ ਹੁਣ ਇਹ ਕੀ ਸਿਸਟਮ ਹੈਗਾ ਤੇ ਇਹ ਨੀ ਸਮਝ ਆ ਰਹੀ ਦੇਖੋ ਮੈਂ ਪਹਿਲਾਂ ਵੀ ਕਹਿ ਚੁੱਕਿਆ ਗੱਲ ਕਿ ਭਾਰਤ ਦੇ 18 ਲੱਖ ਦੇ ਕਰੀਬ ਦੇ ਲੋਕਾਂ ਵਿੱਚੋਂ 9.5 ਲੱਖ ਦੇ ਕਰੀਬ 10 ਲੱਖ ਹੀ ਹੋਣਗੇ ਸਾਡੇ ਪੰਜਾਬੀ ਨੇ ਉੱਥੇ ਜੀ ਇਸ ਇਹ ਪਤਾ ਭਾਰਤੀਆਂ ਨੂੰ ਇਹ ਪਤਾ ਏਜੰਸੀਆਂ ਨੂੰ ਕਿ ਉੱਥੇ ਪੰਜਾਬੀ ਬਹੁਤ ਨੇ ਤੇ ਪੰਜਾਬੀਆਂ ਨੇ ਆਪਣੀ ਥਾਂ ਬਣਾਈ ਹੋਈ ਆ ਹੁਣ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਜਿੱਦਾਂ ਲੈ ਰਿਹਾ ਉਹ ਕਹਿੰਦਾ ਜੀ ਜਸਟਿਨ ਟਰੂਡੋ ਆਪਣੀਆਂ ਵੋਟਾਂ ਪੱਕੀਆਂ ਕਰਨ ਵਾਸਤੇ ਇਹ ਬਿਆਨ ਦੇ ਰਿਹਾ ਜਸਟਿਨ ਟਰੂਡੋ ਨੇ ਕੀ ਬਿਆਨ ਦਿੱਤਾ ਜੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕੀ ਬਿਆਨ ਦਿੱਤਾ ਉਹਨੇ ਕਿਹਾ ਕਿ ਹੋ ਸਕਦਾ ਉਹਨੇ ਇਹਦਾ ਨੀ ਕਿਹਾ ਵੀ ਭਾਰਤ ਜਿਸੇ ਨੇ ਮਾਰਿਆ ਉਹਨੂੰ ਇਹਦਾ ਨੀ ਕਿਹਾ ਉਹਨੇ ਕਿਹਾ ਵੀ ਇਹ ਮਰਵਾਇਆ ਹੋ ਸਕਦਾ ਜਿਸ ਕਰਕੇ ਅਸੀਂ ਭਾਰਤ ਦੀ ਜਿਹੜੀ ਭਾਰਤ ਤੋਂ ਮਤੇ ਲੈਣੇ ਚਾਹੁੰਦੇ ਉਹ ਉਸ ਤੋਂ ਵੀ ਬਦਲ ਗਏ ਰਾਤ ਦਾ ਜਿਹੜਾ ਬਿਆਨ ਆ ਜਸਟਿਨ ਟਰੂਡੋ ਦਾ ਉਹ ਬੜਾ ਹੋਰ ਵੀ ਕਮਾਲ ਦਾ ਹੈਗਾ ਉਹ ਕਹਿੰਦੇ ਆ ਕਿ ਅਸੀਂ ਇਹ ਅਸੀਂ ਭੜਕਾਉਣਾ ਚਾਹੁੰਦੇ ਮੁੱਦੇ ਨੂੰ
ਅਸੀਂ ਇਸ ਮੁੱਦੇ ਨੂੰ ਭੜਕਾਉਣਾ ਚਾਹੁੰਦੇ ਅਸੀਂ ਨਹੀਂ ਉਹ ਕਹਿੰਦੇ ਆ ਕਿ ਇੰਡੀਆ ਦਾ ਸਾਥ ਚਾਹੀਦਾ ਸਾਨੂੰ ਇਸ ਚੀਜ਼ ਦੇ ਵਿੱਚ ਜੇ ਉਹ ਕੋਆਪਰੇਟ ਕਰਨ ਤਾਂ ਬਹੁਤ ਵਧੀਆ ਹੋਵੇਗਾ ਜੀ ਅਸੀਂ ਲੈਂਦੇ ਨੈਕਸਟ ਕਾਲ ਆਉਂਦੀ ਹੈ 905-813-1320 ਇੱਕ ਵਾਰੀ ਫਿਰ ਤੋਂ ਬੇਨਤੀ ਹੈ ਜੀ ਕਿ ਰਿਸਪੈਕਟਫੁਲੀ ਦੇ ਨਾਲ ਇਸ ਮੈਟਰ ਨੂੰ ਹੈਂਡਲ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਕਿਹਾ ਜੀ ਆਹ ਵੀ ਜਿਹੜੀ ਪ੍ਰੋਬਲਮ ਹੈਗੀ ਹੈ ਮੀਡੀਆ ਵੱਲੋਂ ਕੀਤੀ ਹੈਗੀ ਹੈ ਜਿੱਦਾਂ ਹੁਣ ਖੰਡੇ ਦਾ ਹੋਇਆ ਸੀ ਪੰਜਵੜ ਦਾ ਹੋਇਆ ਸੀ ਔਰ ਇੱਥੇ ਵੀ ਜਿਹੜੇ ਮੀਡੀਆ ਵਾਲੇ ਕਹਿੰਦੇ ਜੀ ਹਮ ਤੋਂ ਗਰਜਾ ਕੇ ਐਸੇ ਕਰਤੇ ਅੱਜ ਮਾਰਤੇ ਇਹ ਖੁਦ ਆਪ ਇਹਨਾਂ ਨੇ ਪ੍ਰਚਾਰਿਆ ਪਹਿਲਾਂ ਇਹ ਕੀ ਸਹੀ ਨਹੀਂ ਹੈ ਗੱਲ ਇਹ ਕਿਉਂਕਿ ਇਹਨਾਂ ਨੂੰ ਆਪ ਇਹਨਾਂ ਨੇ ਪਹਿਲਾਂ ਸਾਰਾ ਕੁਛ ਪ੍ਰਚਾਰ ਕੀਤਾ ਕਿ ਨਹੀਂ ਸਾਰੀਆਂ ਆਪਣੇ ਵੀਡੀਓ ਪਈਆਂ ਇਹ ਕਿ ਅਸੀਂ ਉੱਥੇ ਘਰ ਜਾ ਕੇ ਇੱਦਾਂ ਮਾਰਾਂਗੇ ਇੱਦਾਂ ਕਰਾਂਗੇ ਇੱਦਾਂ ਕਰਾਂਗੇ ਪ੍ਰੂਫ ਤੇ ਆਪ ਦੇ ਰਹੇ ਹੈ ਜੀ 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 ਨਹੀਂ ਬਿਲਕੁਲ ਨਹੀਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੁਹਾਡੀ ਗੱਲ ਬਿਲਕੁਲ ਸਹੀ ਹੈ ਪਰ ਇਹ ਸਿਰਫ ਇੱਕ ਬਿਆਨ ਪਾਰਲੀਮੈਂਟ ਤੋਂ ਦਿੱਤਾ ਗਿਆ ਜੀ ਹੁਣ ਆਬਵੀਅਸਲੀ ਇਸ ਚੀਜ਼ ਤੱਕ ਪਹੁੰਚਣ ਲਈ ਜਿੱਦਾਂ ਕੀਤਾ ਸਾਹਿਬ ਨੇ ਕਿਹਾ ਹੈ ਕਿ ਯੂ ਐਨ ਨੇਸ਼ਨਸ ਦੇ ਨਾਲ ਜਿਹੜੇ ਪੰਜ ਥੱਤ ਨੇ ਜੀ ਅਮੈਰੀਕਾ ਹੋਵੇ ਕੈਨੇਡਾ ਹੋਵੇ ਜੋ ਵੀ ਜਿੰਨੇ ਵੀ ਕੰਟਰੀਜ਼ ਇਨਵੋਲਵ ਨੇ ਇਸ ਚੀਜ਼ ਦੇ ਵਿੱਚ ਆਬਵੀਅਸਲੀ ਸਲਾਹ ਕੀਤੀ ਹੋਵੇਗੀ 100% ਤਾਂ ਜਾ ਕੇ ਇਹ ਮੁੱਦਾ ਬਾਹਰ ਆਇਆ ਜੀ ਹੁਣ ਇਹ ਮੋਦੀ ਸਾਹਿਬ ਨੂੰ ਵੀ ਪਤਾ ਹੋਵੇਗਾ ਕਿ ਮੁੱਦਾ ਬਾਹਰ ਆਉਣ ਵਾਲਾ ਹੈ ਜੀ ਸਾਰਿਆਂ ਨੂੰ ਪਤਾ ਹੀ ਹੋਵੇਗਾ ਵੀ ਐਡੀ ਵੱਡੀ ਜੋ ਗੱਲ ਬਾਹਰ ਆਈ ਹੈ ਜੀ ਕਿੱਦਾਂ ਸਾਹਿਬ ਇਹ ਕੋਈ ਛੋਟੀ ਗੱਲ ਨਹੀਂ ਹੈ ਇਹਦੇ ਵਿੱਚ ਪਿੱਛੇ ਕਾਫੀ ਸਬੂਤ ਹੋਣਾ ਤਾਂ ਜਾ ਕੇ ਪ੍ਰਾਈਮ ਮਿਨਿਸਟਰ ਨੇ ਅਜਿਹਾ ਬਿਆਨ ਦਿੱਤਾ ਹੋਵੇਗਾ ਨਹੀਂ ਇਹ ਤੁਹਾਨੂੰ ਮੈਂ ਗੱਲ ਨਾ ਇਹ ਬਹੁਤ ਵੱਡੀ ਗੱਲ ਹੈਗੀ ਆ ਤੁਹਾਨੂੰ ਹੁਣ ਭਾਰਤੀ ਮੀਡੀਆ ਦੀ ਤੁਹਾਨੂੰ ਮੈਂ ਛੋਟੀ ਜਿਹੀ ਇੱਕ ਉਦਾਹਰਨ ਦਿੰਦਾ ਕੋਈ ਬੰਦਾ ਟਵਿੱਟਰ ਤੇ ਆ ਜਾਂਦਾ ਕੋਈ ਬੰਦਾ ਟਵਿੱਟਰ ਤੇ ਕਹਿ ਜਾਂਦਾ ਕਿ ਇੰਡੀਅਨ ਗਵਰਨਮੈਂਟ ਹੈਜ਼ ਰਿਮੂਵਡ ਆਲ 6 ਸਿਕਿਉਰਿਟੀ ਪਰਸਨਸ ਫਰੋਮ ਪ੍ਰੈਜ਼ੀਡੈਂਟ ਹਾਊਸ ਐਂਡ ਸਟਾਪਡ ਦਾ ਲੀਵ ਆਫ 6 ਸੋਲਜਰ ਇਨ ਇੰਡੀਅਨ ਡਿਫੈਂਸ ਫੋਰਸਿਸ ਦਾ ਇੰਡੀਅਨ ਗਵਰਨਮੈਂਟ ਡਸ ਨਾਟ ਬਿਲੀਵ ਇਨ 6 ਸੋਲਜਰ ਇਹ ਬੰਦਾ ਕੋਈ ਭਾਰਤ ਦਾ ਵੀ ਜਿਹੜਾ ਜਿੰਨੇ ਵੀ ਰਾਸ਼ਟਰਪਤੀ ਦੇ ਭਵਨ ਦੇ ਵਿੱਚ ਸਿੱਖ ਸੀਗੇ ਸਾਰਿਆਂ ਨੂੰ ਉੱਥੋਂ ਰਿਮੂਵ ਕਰਤਾ ਗਿਆ ਅਤੇ ਇਹ ਉਹਨਾਂ ਨੇ ਕਹਿ ਦਿੱਤਾ ਗਿਆ ਕਿ ਉਹ ਕਿ ਉਹਨਾਂ ਤੇ ਅਸੀਂ ਜਿਹੜਾ ਭਾਰਤੀ ਸਰਕਾਰ ਹੈਗੀ ਆ ਉਹ ਸਿੱਖ ਸਿਪਾਹੀਆਂ ਉੱਤੇ ਜਿਹੜੇ ਸਿੱਖ ਸੋਲਜਰ ਹੈਗੇ ਆ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੀ ਇੱਕ ਨੰਬਰ ਕੋਈ ਸਲਮਾਨ ਖਾਨ ਦਾ ਨਾਂ ਦਾ ਬੰਦਾ ਕੋਈ ਆਉਂਦਾ ਉਹ ਵੀ ਪਾ ਦਿੰਦਾ ਕਹਿੰਦਾ ਵੀ ਦਾ ਮੋਦੀ ਕੁੱਡ ਵੀ ਨੈਕਸਟ ਇੰਡੀਆ ਇੰਦਰਾ ਉਹ ਕਹਿੰਦਾ ਵੀ ਅਗਲਾ ਫਿਰ ਜਿਹੜਾ ਇੰਦਰਾ ਜਿਵੇਂ ਕੰਮ ਕੀਤਾ ਸੀਗਾ ਉਹ ਕੰਮ ਮੋਦੀ ਉਹੀ ਨਾ ਗੱਲ ਗੀਤਾ ਸਾਹਿਬ ਉਹੀ ਗੱਲ ਹੋ ਗਈ ਨਾ ਮੈਂ ਕੱਲ ਨਿਊਜ਼ ਚੈਨਲ ਪੜ੍ਹਦਾ ਪਿਆ ਸੀ ਮੈਂ ਦੇਖਦਾ ਪਿਆ ਸੀ ਕਈਆਂ ਨੂੰ ਤਾਂ ਬੋਲਣ ਦੀ ਅਕਲ ਹੀ ਨਹੀਂ ਆ ਕਿ ਹਿਸਟਰੀ ਪਹਿਲਾਂ ਪੜ੍ਹ ਲਓ ਕਿ ਨਹੀਂ ਪਤਾ ਹੁਣ ਸੁਣੋ ਨਾ ਇਹ ਸੁਣੋ ਮੈਂ ਇਸ ਗੱਲ ਨੂੰ ਥੋੜਾ ਐਕਸਪਲੇਨ ਕਰਦੀ ਆਪਾਂ ਕਿਉਂਕਿ ਗੱਲ ਕਦੇ ਗਲਤ ਨਾ ਚਲੀ ਜਾਵੇ ਉਹ ਇਸ ਗੱਲ ਨੂੰ ਮੀਡੀਆ ਨੇ ਚਲਾਇਆ ਹਾਂ ਬੇਵਕੂਫ ਬੰਦੇ ਨੂੰ ਇਹ ਸਮਝਿਆ ਨਹੀਂ ਗਿਆ ਕਿ ਬੰਦੇ ਕੌਣ ਨੇ ਉਹ ਰਾਈਟ ਉਸ ਤੋਂ ਬਾਅਦ ADGP ਇੰਡੀਅਨ ਆਰਮੀ ਵੱਲੋਂ ਇਹ ਆਪਣਾ ਬਿਆਨ ਦੇਣਾ ਪਿਆ ਇਹਨਾਂ ਦੇ ਉੱਪਰ ਉਹ ਕਿਹਾ ਫੇਕ ਮੈਸੇਜ ਆਰ ਬੀਇੰਗ ਸਪਰੈਡ ਔਨ ਸੋਸ਼ਲ ਮੀਡੀਆ ਇਨੀਮੀਕਲ ਏਜੰਟ ਇਹ ਕਹਿੰਦੇ ਗਲਤ ਟੋਟਲੀ ਗਲਤ ਹੈਗਾ ਉਹਨੇ ਇੱਕ ਨੰਬਰ ਦੋ PIB ਜਿਹੜੀ PIB ਹੈਗੀ ਆ ਜਿਹੜਾ ਜਿਹੜੀ ਸਾਡੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਹੈਗੀ ਆ ਭਾਰਤ ਦੀ ਉਹਨਾਂ ਨੇ ਇਹ ਗੱਲ ਕਹਿਣੀ ਪਈ ਫੋਲੋਇੰਗ ਸਿੱਖ ਲੀਡਰ ਹਰਦੀਪ ਸਿੰਘ ਅਸੈਸੀਨੇਸ਼ਨ ਸਿੱਖ ਸਿਕਿਉਰਿਟੀ ਪਰਸਨਲ ਐਕਟ ਰਾਸ਼ਟਰਪਤੀ ਭਵਨ ਹੈ ਬੀਨ ਰੀਪਲੇਸਡ ਐਟ ਆਰਮੀ ਡਿਨਾਈਜ਼ ਲੀਵ ਟੂ ਸਿੱਖ ਲੀਡਰ ਸੋਲਜਰ ਕਹਿੰਦਾ ਇਹ ਬਿਲਕੁਲ ਹੀ ਗਲਤ ਹੈ ਤੁਸੀਂ ਗਲਤ ਕੀਤਾ ਹੈਗਾ ਉਹੀ ਨਾ ਮਤਲਬ ਕਿ ਵੀ ਭਾਰਤੀ ਮੀਡੀਆ ਉਹਨੂੰ ਦਿਖਾ ਗਿਆ ਸੀਗਾ ਕਿ ਜੀ ਰਾਸ਼ਟਰਪਤੀ ਦੇ ਭਵਨ ਵਿੱਚੋਂ ਸਿੱਖਾਂ ਨੂੰ ਬਾਹਰ ਕੱਢਤਾ ਹੈਗਾ ਜੀ ਤੇ ਸਿੱਖਾਂ ਨੂੰ ਛੁੱਟੀ ਤੇ ਭੇਜਤਾ ਹੈਗਾ ਸਿੱਖ ਸੋਲਜਰਾਂ ਨੂੰ ਜੀ ਇਹ ਸਾਡੀ ਇਹ ਅਸੀਂ ਦਿਖਾ ਰਹੇ ਹਾਂ ਜਦਕਿ ਉਹਨਾਂ ਨੂੰ ਮੁੱਖ ਆਉਣਾ ਪਿਆ ਕਹਿਣਾ ਪਿਆ ਕਿ ਭਰਾਵੋ ਇਹ ਬਿਲਕੁਲ ਨਹੀਂ ਹੋਇਆ ਇੱਦਾਂ ਹੋਇਆ ਹੀ ਨੀਗਾ ਇਹ ਭੜਕਾਉਣ ਦੀਆਂ ਗੱਲਾਂ ਮੈਨੂੰ ਹੈਰਾਨੀ ਵਾਲੀ ਗੱਲ ਹੈ ਕਿ ਸਾਡੇ ਵਰਗੇ ਲੋਕ ਆਪਾਂ ਬਿਲੀਵ ਕਿੱਦਾਂ ਕਰ ਲੈਂਦੇ ਇਹਨਾਂ ਚੀਜ਼ਾਂ ਵਾਂਗੂ ਮੈਨੂੰ ਇਹ ਵੀ ਗੱਲ ਸੋਚਣ ਵਾਲੀ ਹੈ ਗੱਲ ਕਿ ਆਪਾਂ ਬਿਲੀਵ ਕਿੱਦਾਂ ਕਰ ਲੈਂਦੇ ਹਾਂ ਅਜੇ ਸਾਹਿਬ ਲਾਸਟ ਕਾਲ ਲੈ ਲੈਂਦੇ ਹਾਂ ਫਿਰ ਆਪਾਂ ਵਾਈਂਡ ਅਪ ਕਰਦੇ ਸੈਗਮੈਂਟ ਨੂੰ ਟਾਈਮ ਆਪਣੇ ਚਾਲੇ ਚੱਲਦਾ ਜਾ ਰਿਹਾ ਜੀ ਕਾਲ ਸਤਿ ਸ਼੍ਰੀ ਅਕਾਲ ਲਾਸਟ ਕਾਲ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਪਰ ਪਹਿਲੀ ਗੱਲ ਤਾਂ ਜਦ ਕੋਈ ਥੋੜੀ ਗੱਲ ਹੁੰਦੀ ਆ ਉਦੋਂ ਕੋਈ ਮੁੱਦਾ ਚੱਕਦੇ ਨਹੀਂ ਜੇ ਕੋਈ ਹੋਰ ਬੰਦੇ ਨੇ ਗੱਲ ਕਹਿਤੀ ਜੇ ਗੱਲ ਕਹਿਤੀ ਉਹਨੂੰ ਕਲੀਅਰ ਕਰਨਾ ਚਾਹੀਦਾ ਉਹਨਾਂ ਨੂੰ ਵੀ ਇਹਨਾਂ ਨੂੰ ਵੀ ਉਹ ਮੀਡੀਆ ਵਾਲਿਆਂ ਨੇ ਚੱਕ ਚੱਕ ਕੇ ਜਿਵੇਂ ਹੁਣੇ ਅੱਗੇ ਝੂਠਾ ਹੀ ਖਾਲਿਸਤਾਨ ਨਹੀਂ ਸੀ ਬਣਾਤਾ ਅੰਮ੍ਰਿਤਪਾਲ ਨੇ ਤਾਂ ਨੋਟ ਵੀ ਛਾਪ ਲਿਆ ਵੀ ਕਰ ਲਿਆ ਫਿਰ ਏਡਾ ਵੱਡਾ ਮੀਡੀਆ ਇੰਡੀਆ ਦੀ ਵੀ ਬਦਨਾਮੀ ਹੁੰਦੀ ਆ ਇਹੋ ਜਿਹੀਆਂ ਗੱਲਾਂ ਚ ਹਨਾ ਤੇ ਪਹਿਲਾਂ ਆਨਲਾਈਨ ਕਿਸੇ ਨੇ ਫੋਨ ਕੀ ਕਰਕੇ ਗੱਲ ਕਹੀ ਸੀ ਇੱਥੇ ਬਈ ਇੱਕ ਬੰਦਾ ਸੀ ਉੱਥੋਂ ਕਰਨਾ ਸੀ ਯੂਕੇ ਤੋਂ ਇਹਨਾਂ ਦਾ ਮਾਰਨਾ ਸੀਗਾ ਇੱਕ ਉੱਥੇ ਹੁਣ ਕੈਨੇਡਾ ਦੀ ਵਾਰੀ ਆ 15 ਕੁ ਦਿਨ ਪਹਿਲਾਂ ਉਦੋਂ ਕੋਈ ਬੋਲਿਆ ਹੀ ਨੀ ਬਈ ਉਹ ਬੰਦਾ ਕੌਣ ਆ ਜਿਹੜਾ ਕਹਿੰਦਾ ਸੀ
ਚਾਹੇ ਕੋਈ ਕਿਸੇ ਪਾਸੇ ਦਾ ਹੋਵੇ ਮੈਂ ਕਹਿੰਦੀ ਉਹਨੂੰ ਲੱਭਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਸੋ ਥੈਂਕ ਯੂ ਮਾਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੁੱਦਾ ਇਹੀ ਹੈ ਕਿ ਬਸ ਬਾਹਰ ਜਿਹੜੇ ਬੰਦੇ ਨੇ ਇਹ ਗੱਲ ਸ਼ੁਰੂ ਕੀਤੀ ਆ ਜੋ ਇਹ ਹਾਦਸਾ ਹੋਇਆ ਉਹ ਸਾਹਮਣੇ ਆਉਣਾ ਚਾਹੀਦਾ ਇਨਸਾਫ਼ ਮਿਲਣਾ ਚਾਹੀਦਾ ਏਡਾ ਵੱਡਾ ਬਿਆਨ ਬਾਹਰ ਆਇਆ ਦੋਨੋਂ ਮੁਲਕਾਂ ਦੀ ਗੱਲ ਆ ਕਿੰਨੇ ਲੋਕ ਪਾਪੂਲੇਸ਼ਨ ਦੀ ਗੱਲ ਹੋ ਰਹੀ ਹੈ ਇਸ ਵੇਲੇ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਸੋ ਟੂਡੋ ਸਰਕਾਰ ਨੇ ਜੋ ਕਦਮ ਚੱਕਿਆ ਹੋਵੇਗਾ ਸੋਚ ਸਮਝ ਕੇ ਚੱਕਿਆ ਹੋਵੇਗਾ ਐਂਡ ਸਪੈਸ਼ਲੀ ਸਬੂਤ ਤੱਥਾਂ ਦੇ ਹੇਠ ਆਈ ਐਮ ਪ੍ਰੀਟੀ ਸ਼ੋਰ ਕਿ ਸਰਕਾਰ ਜ਼ਰੂਰ ਪੇਸ਼ ਕਰੇਗੀ ਸਾਹਮਣੇ ਸਾਰਿਆਂ ਨੂੰ ਪਤਾ ਹੀ ਹੋਵੇਗਾ ਬਟ ਇਹ ਨਾ ਸਮਝੋ ਕਿ ਉਹ ਹੋ ਗਿਆ ਆਹ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਨਹੀਂ ਜਦੋਂ ਅਫੀਸ਼ੀਅਲ ਬਿਆਨ ਆਉਣਗੇ ਦੋਨਾਂ ਧਿਰਾਂ ਵੱਲੋਂ ਉਹ ਮੰਨਿਆ ਜਾਊਗਾ ਇਹ ਸੋਸ਼ਲ ਮੀਡੀਆ ਇਹ ਜੋ ਮੀਡੀਆ ਜੋ ਪਲੈਟਫਾਰਮ ਮੀਡੀਆ ਚੱਲ ਰਿਹਾ ਇਸ ਵੇਲੇ ਉੱਥੇ ਬਿਲੀਵ ਨਾ ਕੀਤਾ ਜਾਵੇ ਕਿਦਰ ਸਾਹਿਬ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਲਈ ਥੈਂਕ ਯੂ ਸੋ ਮਚ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਮੁਲਾਕਾਤਾਂ ਹੋਣਗੀਆਂ ਜੀ ਥੈਂਕ ਯੂ ਜੀ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ